ਤੇ ਜੀ ਹੁਣ ਤੁਹਾਨੂੰ ਅਸੀਂ ਆਪਾਂ ਇੱਕ ਵਾਰੀ ਸਾਰਾ ਆਪਣੇ ਬੈੱਡ ਦਿਖਾਵਾਂਗੇ, ਸਾਰੇ ਡਾਇਨਿੰਗ ਟੇਬਲ ਦਿਖਾਵਾਂਗੇ, ਸਾਰੇ ਸੋਫੇ ਦਿਖਾਵਾਂਗੇ, ਤੇ ਤੁਹਾਨੂੰ ਇੱਕ ਵਾਰੀ ਸਾਰੇ ਪ੍ਰਾਈਸ ਵੀ ਦੱਸਾਂਗੇ ਇਕੱਲੇ ਇਕੱਲੇ ਦਾ ਕੀ ਆ ਤੇ ਸਪੈਸ਼ਲ ਆਫਰ ਵੀ ਦੱਸਾਂਗੇ। ਤੇ ਚਲੋ ਭਾਜੀ ਤੁਸੀਂ ਪਹਿਲਾਂ ਇਹਦਾ ਸਾਨੂੰ ਪ੍ਰਾਈਸ ਦੱਸੋ ਕਿ ਇਹਦਾ ਪ੍ਰਾਈਸ ਕੀ ਆ। ਭਾਜੀ ਇਹ ਸਾਡੇ ਕੋਲ 3400 ਦਾ ਸੀਗਾ ਤੇ ਰਿਡਿਊਸ ਤੇ ਅਸੀਂ $2000 ਦਾ ਲਗਾਇਆ ਹੋਇਆ ਇਹ ਵਿਦ ਸਾਈਡ ਟੇਬਲਸ ਆ ਜੀ। ਠੀਕ ਹੈ, ਇਸ ਵਿਦ ਸਾਈਡ ਟੇਬਲ ਤੁਹਾਨੂੰ ਜੀ ਦੀਵਾਲੀ ਤੱਕ ਦੀਵਾਲੀ ਵੀਕ ਤੁਹਾਨੂੰ $2000 'ਚ ਮਿਲ ਜੂਗਾ ਜੀ। ਤੇ ਹੁਣ ਆਪਾਂ ਚੱਲਦੇ ਹਾਂ ਅਗਲੇ 'ਤੇ, ਤੇ ਜਿਹੜਾ ਮੇਰਾ ਫੇਵਰੇਟ ਆ ਇਹ ਵੈਸੇ ਮੈਨੂੰ ਲੱਗਦਾ ਸੋਲਡ ਹੋ ਗਿਆ। ਹਾਂਜੀ ਸੋਲਡ ਹੋ ਗਿਆ ਜੀ ਇਹ ਦੇਖ ਲਓ ਜੀ। ਇਸ ਕਰਕੇ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਟਾਈਮ ਨਾਲ ਆ ਜਾਓ, ਤੇ ਇਹ ਚੀਜ਼ ਸੋਲਡ ਹੋਈ ਤਾਂ ਤੁਹਾਨੂੰ ਕਾਫੀ ਵੇਟ ਕਰਨੀ ਪੈ ਸਕਦੀ ਹੈ ਨਾ। ਆਪਣਾ ਵੇਟਿੰਗ ਟਾਈਮ ਤੁਸੀਂ ਆਪਾਂ 2 to 3 ਮੰਥਸ ਹੈਗੇ ਵੈਸੇ ਵੇਟਿੰਗ ਟਾਈਮ, ਲੇਕਿਨ ਸਾਡਾ ਹੁਣ ਜਿਹੜਾ ਅਗਲਾ ਕੰਟੇਨਰ ਸਾਡਾ ਆ ਰਿਹਾ ਉਹ ਹੁਣ ਜਨਵਰੀ ਦੇ ਫਸਟ ਵੀਕ ਜਾਂ ਸੈਕਿੰਡ ਵੀਕ ਤੱਕ ਪਹੁੰਚੇਗਾ। ਠੀਕ ਹੈ, ਇੱਕ ਨਿਊ ਅਰਾਈਵਲ ਆ ਰਹੀ ਜਨਵਰੀ ਦੇ ਮਹੀਨੇ 'ਚ ਆਏ ਨਾ, ਉਹਦੇ ਤੁਹਾਨੂੰ ਨਵਾਂ ਸਮਾਨ ਵੀ ਦੇਖਣ ਨੂੰ ਮਿਲੂਗਾ। ਪਰ ਜੇ ਜਿਵੇਂ ਤੁਸੀਂ ਇਹ ਬੈੱਡ ਹੀ ਆਰਡਰ ਕਰਨਾ ਤਾਂ 2 to 3 ਮਹੀਨੇ ਲੱਗਦੇ ਨੇ, ਇੱਕ ਰੀਜ਼ਨ ਕਰੋਨਾ ਵੀ ਆ ਨਾ ਥੋੜ੍ਹਾ ਜਿਹਾ ਉਹਦੇ ਕਰਕੇ ਪ੍ਰੋਬਲਮ ਆਉਂਦੀ ਹੈ। ਪਰ ਦੇਖ ਲਓ ਜੀ ਮੇਰੇ ਵੀਡੀਓ ਬਣਾਉਂਦੇ ਬਣਾਉਂਦੇ ਪਹਿਲਾਂ ਇੱਥੇ ਪ੍ਰਾਈਸ ਸੀਗਾ ਤਾਂ ਇਹ ਸੋਲਡ ਹੋ ਗਿਆ, ਮੈਂ ਮਿਸ ਕਰ ਗਿਆ। ਤੇ ਚਲੋ ਆਪਾਂ ਹੁਣ ਅਗਲਾ ਦੇਖਦੇ ਹਾਂ ਕਿ ਕਿਹੜਾ। ਤੇ ਇਹਦਾ ਪ੍ਰਾਈਸ ਜੀ ਕੁਈਨ ਸਾਈਜ਼ ਦਾ ਸਾਡੇ ਕੋਲ ਅਵੇਲੇਬਲ ਹੈ ਜੀ। ਇਸ ਇਹ 3000 ਦਾ ਸੀਗਾ, ਇਹਨੂੰ 1600 ਚਲਾਇਆ ਸੀ। ਠੀਕ ਹੈ ਜੀ, ਇਹ 1600 ਚ ਮਿਲ ਜੂਗਾ ਜੀ ਤੁਹਾਨੂੰ। ਬਾਕਸ ਬੈੱਡ ਹੈ ਹਾਂਜੀ, ਬਾਕਸ ਬੈੱਡ ਹੈ ਜੀ, ਬਾਕਸ ਬੈੱਡ ਨਾ ਇਹ ਬੜਾ ਦਿਖਾ ਦਈਏ ਆਪਾਂ, ਮੈਂ ਇਹ ਦਿਖਾਇਆ ਨਹੀਂ। ਠੀਕ ਹੈ, ਇਹ ਤਾਂ ਵੀ ਉਹ ਚੀਜ਼ ਹੈ ਨਾ, ਕੀ ਕਹਿੰਦੇ ਆਪਾਂ ਇਹਨੂੰ, ਹਾਈਡ੍ਰੋਲਿਕ ਹੈ ਜੀ। ਠੀਕ ਹੈ ਜੀ, ਅਤੇ ਕਾਫੀ ਖੁੱਲ੍ਹੀ ਜਗ੍ਹਾ ਹੈ ਇਹ, ਮਤਲਬ ਮਿਸ ਕਰ ਗਏ ਅਸੀਂ ਹੈ ਨਾ। ਚਲੋ ਕੋਈ ਨਹੀਂ, ਚਲੋ ਕਰਦੇ ਹਾਂ ਬਹੁਤ ਜ਼ਿਆਦਾ। ਹੁਣ ਆਪਾਂ ਚੱਲਦੇ ਹਾਂ ਦੂਜੇ ਬੈੱਡ 'ਤੇ, ਅਤੇ ਮੇਰੇ ਇਹਦਾ ਦੱਸੋ ਇਹਦਾ ਕੀ ਪ੍ਰਾਈਸ ਆ ਅਤੇ ਸਾਈਜ਼ ਕੀ ਆ। ਇਹ ਵੀ ਸਾਈਜ਼ ਕੁਈਨ ਹੈ ਜੀ। ਅੱਛਾ ਜੀ, ਅਤੇ ਮਤਲਬ ਹਾਈ ਬੈਕ ਦੇ ਆ, ਜਿਵੇਂ ਆਈ ਥਿੰਕ ਕਹਿੰਦੇ ਇੰਡੀਆ 'ਚ ਅੱਜ ਕੱਲ੍ਹ ਚੱਲਦੇ ਆ। ਹਾਂਜੀ ਹੈਗਾ ਟ੍ਰੈਂਡ ਕਾਫੀ ਹੈ। ਹਾਂਜੀ, ਅਤੇ ਇਹ 3000 ਦਾ ਸੀ ਭਾਅ ਜੀ, ਇਹ ਵੀ 1600 ਦਾ ਲੱਗਾ ਹੋਇਆ। ਠੀਕ ਹੈ, ਨੀਅਰਲੀ 50% ਆਫ ਆ ਨਾ, 50% ਨੀਅਰਲੀ 50% ਆਫ ਆ ਦਿਵਾਲੀ ਦੇ, ਅਤੇ ਕਾਫੀ ਵਧੀਆ ਵੀ ਬਾਕਸ ਵਾਲਾ ਜੀ। ਬਾਕਸ ਵਾਲਾ ਜੀ, ਸਾਰੇ ਮਤਲਬ ਆਪਣੇ ਕੋਲ ਬਾਕਸ ਵਾਲੇ, ਸਾਰੇ ਬਾਕਸ ਵਾਲੇ, ਸਟੋਰੇਜ ਵਾਲੇ। ਅਤੇ ਆਹ ਵੀ ਸੋਲਡ ਹੋ ਗਈ ਇਹ ਭਾਈ, ਸੋਲਡ ਆ ਜੀ। ਇਹ ਕਿੰਗ ਲੱਗਦਾ, ਇਹ ਕਿੰਗ ਹੈ। ਹਾਂ ਮੈਂ ਦੱਗਿਆ ਕਿ ਕਿੰਗ ਸਾਈਜ਼ ਹੈ। ਠੀਕ ਹੈ ਠੀਕ ਹੈ, ਚਲੋ ਇਹਦਾ ਪ੍ਰਾਈਸ ਤਾਂ ਫਿਰ ਆਪਾਂ ਅਜੇ ਨਹੀਂ ਦੱਸਦੇ ਕਿਉਂਕਿ ਸੋਲਡ ਹੋ ਗਿਆ ਨਾ ਕਿਸੇ ਲਿਆ। ਠੀਕ ਹੈ ਜੀ, ਇਹ ਵੀ ਕਿੰਗ ਲੱਗ ਰਿਹਾ ਮੈਨੂੰ ਦੇਖ ਵੀ ਕਿੰਗ ਆ ਭਾਜੀ। ਇਹ ਆਪਣਾ ਬੈੱਡ ਹੈ ਜੀ 2500 ਦੀ ਰੇਂਜ 'ਚ। ਅੱਛਾ 2500 ਚ ਆਇਆ, ਇਥੋਂ ਡਿਜ਼ਾਈਨਿੰਗ ਜਾਂ ਕਿਹੜਾ ਤੁਸੀਂ ਇਹਦੀ ਹੈਵੀ ਡਿਜ਼ਾਈਨ। ਹਾਂ, ਕਿਉਂਕਿ ਕਿੰਗ ਦਾ ਫਰਕ, ਸਾਈਜ਼ ਦਾ ਵੀ ਫਰਕ ਆ ਜੀ। ਇਹ ਵੀ ਬਾਕਸ ਤੇ ਮੈਟ੍ਰੈਸ ਨਹੀਂ ਇਨਕਲੂਡ, ਮੈਟ੍ਰੈਸ ਇਨਕਲੂਡ ਨਹੀਂ ਹੈ ਇਹਦੇ ਵੱਖਰੇ ਜੀ। ਠੀਕ ਹੈ ਠੀਕ ਹੈ ਠੀਕ ਹੈ। ਤੇ ਹੁਣ ਆ ਗਈ ਆਪਾਂ ਸੋਫਿਆਂ ਤੇ, ਤੇ ਵੀਰ ਇਹ ਸੋਫਾ ਦੱਸੋ ਜੀ ਇਹਦਾ ਪ੍ਰਾਈਸ ਤੇ ਕਿੰਨੇ ਸੀਟਰ ਆ ਇਹ ਭਾਜੀ? ਸੋਫਾ 9 ਸੀਟਰ ਹੈ ਜੀ। 9 ਸੀਟਰ ਜੀ, ਇਨਕਲੂਡਿੰਗ ਸੈਨੇਟ ਟੇਬਲ 3400 ਦੀ ਰੇਂਜ ਹੈ ਜੀ। ਠੀਕ ਹੈ, 3499 ਚ ਤੁਹਾਨੂੰ ਇਨਕਲੂਡਿੰਗ ਕਾਫੀ ਟੇਬਲ, ਕਾਫੀ ਟੇਬਲ ਹਾਂਜੀ, ਮਾਰਬਲ ਤੇ, ਮਾਰਬਲ। ਤੇ ਵੀਰੇ ਇਹ ਕਿੰਨੇ ਸੀਟਰ ਆਪਣਾ? ਇਹ ਵੀ 9 ਸੀਟਰ ਆ ਭਾਜੀ। 9 ਸੀਟਰ, ਤੇ ਪ੍ਰਾਈਸ ਇਹਦਾ? ਮਾਰਬਲ ਟੋਪ ਆ ਜੀ, ਇਹ ਅਸੀਂ ਸੇਲ ਤੇ ਲਾਇਆ ਹੋਇਆ ਜੀ ਇਸੇ। ਅੱਛਾ ਜੀ, $2500 ਚ, $2500 ਚ ਇਨਕਲੂਡਿੰਗ ਕਾਫੀ ਟੇਬਲ, ਕਾਫੀ ਟੇਬਲ। ਠੀਕ ਹੈ ਵੀਰੇ, ਬਹੁਤ ਵਧੀਆ ਉੱਥੇ ਨਹੀਂ ਮੰਨਣਾ ਵੀਰੇ। ਆ ਜਿਹੜਾ ਕਿ ਮੈਨੂੰ ਕਾਫੀ ਪਸੰਦ ਹੈ ਤੇ ਕਾਫੀ ਮਤਲਬ ਵਧੀਆ ਹੈ, ਮਤਲਬ ਖੁੱਲਾ ਡੱਲਾ, ਕਾਫੀ ਸੀਟਰ ਲੱਗਦਾ ਹੈ। ਕਿੰਨਾ ਸੀਟਰ ਹੈ ਇਹ? ਵੀ 9 ਸੀਟਰ ਹੈ ਭਾਜੀ। ਅੱਛਾ, 9 ਸੀਟਰ ਹੈ ਹਾਂਜੀ, ਵਿਦ ਮਾਰਬਲ ਟੌਪ ਸੈਨੇਟ ਟੇਬਲ ਹੈ। ਅੱਛਾ ਜੀ, ਇਹ ਲੈਦਰ ਕੱਪੜਾ ਜੀ ਇਹਦਾ, ਤੇ 4000 ਦੀ ਰੇਂਜ 'ਚ, 4000 ਸਨੇ ਕਾਫੀ ਟੇਬਲ, ਤੇ ਸਾਰਾ ਕੁਝ ਇਨਕਲੂਡਿੰਗ ਆਪਣਾ ਹੈ ਨਾ? ਹਾਂਜੀ, ਸਾਰੇ ਐਕਸੈਸਰੀ ਸਾਰੀਆਂ ਇਨਕਲੂਡਡ। ਹਾਂਜੀ ਹਾਂਜੀ, ਤੇ ਠੀਕ ਹੈ ਵੀਰੇ। ਚਲੋ, ਤੇ ਵੀਰੇ ਆਹ ਡਾਇਨਿੰਗ ਟੇਬਲ ਕਿੰਨੇ? ਇਹ 6 ਚੇਅਰ ਭਾਅ ਜੀ, ਮਾਰਬਲ ਟੋਪ ਹੈ ਜੀ। ਇਹ ਵੀ 4000 ਦਾ ਸੀਗਾ। ਅੱਛਾ ਜੀ, ਇਹਨੂੰ ਅਸੀਂ ਰਿਡਿਊਸ ਕਰਕੇ 2000 ਚਲਾਇਆ ਹੋਇਆ ਇਹਨੂੰ। ਠੀਕ ਹੈ, ਇਨਕਲੂਡਿੰਗ ਚੇਅਰ ਆ, ਮਤਲਬ ਕਈ ਕੱਲੀ ਕੱਲੀ ਚੇਅਰ ਵੇਚਦੇ ਨੇ, ਉਵੇਂ ਨਹੀਂ ਹੈਗਾ ਆਪਣਾ ਪੂਰਾ ਪੈਕੇਜ ਆ। ਹਾਂਜੀ ਬਿਲਕੁਲ ਬਿਲਕੁਲ। ਠੀਕ ਹੈ ਠੀਕ ਹੈ ਠੀਕ ਹੈ। ਤੇ ਆਹ ਟੇਬਲ ਵੀਰੇ ਇਹ ਵੀ ਹੈ ਨਾ? ਇਹ ਵੀ ਭਾਅ ਜੀ ਹਾਂਜੀ 3990 ਦਾ ਸੀਗਾ। ਅੱਛਾ, ਨਿਊ 1950 ਲਾਇਆ, ਮਾਰਬਲ ਟੌਪ ਵਿਦ 6 ਚੇਅਰਸ, 1950 ਵਿਦ 6 ਚੇਅਰ, ਮਾਰਬਲ ਟੌਪ ਸਾਰੀ ਕੁਝ, ਮਾਰਬਲ ਟੌਪ। ਠੀਕ ਹੈ, ਤੇ ਇਹ ਵੀ ਇਸੇ ਤਰ੍ਹਾਂ ਜੀ, ਇਹਦੀ ਸਿਰਫ ਡਿਜ਼ਾਈਨ ਜਿਵੇਂ ਪਰ ਫਰਕ ਹੈ, ਜਾਂ ਹੋਰ ਤੁਸੀਂ ਕਹੋ ਡਾਈਨ ਟੇਬਲ ਦੇ ਪੱਥਰ ਦਾ ਡਿਜ਼ਾਈਨ ਦਾ ਫਰਕ ਹੈ, ਚੇਅਰ ਦਾ ਥੋੜਾ ਡਿਜ਼ਾਈਨ ਦਾ ਫਰਕ ਹੈ। ਹਾਂਜੀ, ਇਹ ਵੀ 50% ਆਫ ਤੇ ਲੱਗਾ ਹੋਇਆ। ਓਕੇ, 3500 ਦਾ ਸੀਗਾ, ਔਰ 1750 ਦਾ 6 ਚੇਅਰ ਵਿਦ ਹਾਲੀ ਟੇਬਲ ਦਾ ਪ੍ਰਾਈਸ ਹੈ। ਇਹ ਲਿਮਿਟਡ ਆਫਰ ਆ ਨਾ, ਲਿਮਿਟਡ ਆਫਰ ਹੈ, ਦੀਵਾਲੀ ਤੱਕ ਹੈ। ਦੀਵਾਲੀ ਬਾਅਦ ਜੀ ਇਹ ਤੁਹਾਨੂੰ ਪ੍ਰਾਈਸ ਮਿਲਣਾ ਹੈ, ਜਿਹਨੇ ਲਾਉਣਾ ਤਾਂ 1750 ਦਾ, ਕਾਫੀ ਵਧੀਆ ਪ੍ਰਾਈਸ ਹੈ। ਹਾਂਜੀ ਹਾਂਜੀ, ਇਹ ਬਹੁਤ ਜਲਦੀ ਸੈਲ ਹੋ ਰਿਹਾ ਜੀ। ਹਾਂਜੀ ਹਾਂਜੀ, ਨਾ ਦੇਖਦੇ ਆ ਕਿਉਂਕਿ ਮੇਰੇ ਖੜੇ ਖੜੇ ਬੈੱਡ ਚਲੇ ਗਿਆ, ਮੈਂ ਬੜਾ ਮਿਸ ਕੀਤਾ। ਇਹ ਫਿਰ ਆ ਗਈ ਜਿਹੜਾ ਕਿ ਮੈਨੂੰ ਕਾਫੀ ਪਸੰਦ ਆ, ਜਿਹੜਾ ਮੈਂ ਵੀ ਬਾਏ ਹੁਣੀ ਕਰ ਲਾਂ, ਕਿਉਂਕਿ ਮੈਂ ਹੁਣੀ ਸਮਾਨ ਲਿਆ ਜੀ। ਅਤੇ ਇਹਦਾ ਪ੍ਰਾਈਸ ਵੀ ਕੀ ਹੈ ਜੀ? ਇਹ ਭਾਅ ਜੀ PU ਪੋਲਿਸ਼ ਹੈ। ਅੱਛਾ ਜੀ, ਇਹਦੀਆਂ ਲੈਗਸ ਹੈ ਇਹਦੀਆਂ, ਇਹਦੇ ਨਾਲੋਂ ਬਹੁਤ ਡਿਫਰੈਂਟ ਇਹਦੀ ਪੋਲਿਸ਼, ਇਹਦੀ ਫਿਨਿਸ਼ਿੰਗ ਉਹਦੇ ਨਾਲੋਂ ਜ਼ਿਆਦਾ ਵਧੀਆ।
ਤੇ ਇਹ ਸਾਰੀ ਸਾਗਵਾਨ ਲੱਕੜ ਹੈ, ਸਾਰੀ ਸਾਗਵਾਨ ਦੀ ਲੱਕੜ, ਸਾਗਵਾਨ ਲੱਕੜ ਦਾ। ਔਰ ਇਹ ਡਾਇਨਿੰਗ ਟੇਬਲ ਸਾਨੂੰ ਪਊਗਾ ਜੀ 3150 ਦਾ ਜੀ। ਇਹ ਪੂਰੀ ਗੱਦੀ, ਹਾਂਜੀ ਗੱਦੀ ਇਹਦੀ ਸਭ ਕੁਝ ਲੁੱਕ ਦੱਸਦੀ ਹੈ ਕਿ ਹਾਂ ਕਿ ਇੰਨੀ ਕਿਹਦੀ ਕੀਮਤ ਹੈਗੀ ਆ, ਕਿ ਜੇ ਕਿਸੇ ਨੇ ਥੋੜ੍ਹਾ ਜਿਹਾ ਲਗਜ਼ਰੀ 'ਚ ਜਾਣਾ ਤੁਹਾਨੂੰ ਥੋੜ੍ਹੇ ਜਿਹੇ ਐਕਸਟਰਾ ਪੈਸੇ ਖਰਚੇ ਪੈਣਗੇ, ਪਰ ਜੋ ਇਹਦੀ ਸ਼ਾਈਨ ਆ, ਆਪਾਂ ਮਤਲਬ ਲਫ਼ਜ਼ ਹੈ ਨਹੀਂ ਕਿਹਦੇ ਬਾਰੇ ਦੱਸਣ ਵਾਸਤੇ, ਪਰ ਬਹੁਤ ਵਧੀਆ, ਬਹੁਤ ਵਧੀਆ। ਇਹ ਮਤਲਬ ਲੈਦਰ ਹੈ ਜੀ? ਨਹੀਂ ਭਾਜੀ, ਇਹ ਸਾਰਾ ਇਹ ਕੱਪੜਾ ਸਾਰਾ ਫੈਬਰਿਕ ਹੈ। ਹਾਂ, ਤੇ ਇਹਨੂੰ ਲੈਦਰ ਨਹੀਂ, ਫੈਬਰਿਕ ਹੈ ਜੀ, ਪਸੰਦ ਹੁੰਦਾ। ਹਾਂਜੀ, ਲੇਕਿਨ ਇਹ ਪੋਸ਼ੇਬਲ ਹੈ ਸਾਰਾ। ਅੱਛਾ ਜੀ। ਤੇ ਇਹ ਨੂੰ ਕੋਈ ਮਤਲਬ ਕਿ ਸਾਡੀ 5 ਸਾਲ ਦੀ ਗਰੰਟੀ ਹੈ। ਠੀਕ ਠੀਕ। ਇਹਨੂੰ ਕੁਛ ਨਹੀਂ ਹੁੰਦਾ ਜੀ ਕੱਪੜੇ ਨੂੰ। ਮਾਰਬਲ ਟੋਪ, ਔਰ ਇਹਦੀ ਜੋ ਲੈਗਸ ਦੀ ਇਹਦੀ ਡਿਜ਼ਾਇਨਿੰਗ ਹੈ ਪੂਰੀ ਐਕਸਟਰਾਆਰਡੀਨਰੀ ਹੈ। ਹਾਂ ਜੀ, ਇਹਦੀ ਆਪਾਂ ਨੂੰ ਇਹਦੀ 3350 ਦੀ ਰੇਂਜ ਹੈ। 3350, ਹਾਂਜੀ, 6 ਸੀਟਰ। ਠੀਕ ਹੈ, 6 ਸੀਟਰ। ਅਤੇ ਆਪਾਂ ਇਹਦੇ ਬਾਰੇ ਵੀ ਗੱਲ ਕਰ ਲੈਂਦੇ ਜੀ। ਹਾਂਜੀ, ਇਹ ਵੀ ਤੁਹਾਡੇ ਕੋਲ ਕਾਫੀ ਹੈ ਨਾ, ਮੈਂ ਦੇਖਿਆ ਕਿ ਸਟੋਰ 'ਚ ਨਾ ਸਮਾਨ ਇਸ ਤਰ੍ਹਾਂ ਦਾ, ਜਿਹੜਾ ਵੀ ਤੁਸੀਂ ਡਿਸਪਲੇ 'ਤੇ ਨਹੀਂ ਲਾਇਆ। ਇਹ ਲਾਈਟ ਨਾਲ ਚੱਲਦਾ ਜੀ? ਇਹ ਲਾਈਟ ਹੈ ਭਾਜੀ, ਇਹਦਾ ਰਿਮੋਟ ਹੈ, USB ਹੈ, ਆਪਣੇ ਬਲੂਟੂਥ ਨਾਲ ਅਟੈਚ ਹੋ ਜਾਂਦਾ ਜੀ। ਅੱਛਾ, ਮੀਨ ਤੁਸੀਂ ਕੋਈ ਸ਼ਬਦ ਲਾਉਣਾ, ਲਾਈਟ ਗੁਰਬਾਣੀ ਲਗਾਉਣੀ ਹੈ ਤੁਸੀਂ, ਜਾਂ ਤੁਸੀਂ ਆਪਣੇ ਕੋਲ ਤੁਹਾਡੇ ਕੋਲ ਆਪਣੀ ਕੋਈ ਸਿਲੈਕਸ਼ਨ ਹੈ, ਤੁਸੀਂ USB ਅਟੈਚ ਕਰਕੇ ਤੁਸੀਂ ਲਗਾ ਸਕਦੇ। ਠੀਕ ਹੈ ਸਰ, ਮਤਲਬ ਸਪੀਕਰ ਵੀ ਲਗਾਇਆ ਜੀ? ਸਪੀਕਰ ਵੇਚਿਆ ਜੀ, ਲਾਈਟ ਵੇਚਿਆ, ਅਤੇ LED ਲਾਈਟ। ਠੀਕ 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 ਠੀਕ। ਇਹਦੀ ਇੱਕ ਗਲਾਸ ਨਹੀਂ ਹੈਗਾ। ਅੱਛਾ ਜੀ। ਇਹ ਮਤਲਬ ਦੂਸਰਾ, ਇਹ ਹਾਰਡਬੋਰਡ ਹੈ, ਇਹ ਬਹੁਤ ਵਧੀਆ ਲੁੱਕ ਆਉਂਦੀ, LED ਲਾਈਟ ਲੱਗੀ ਹੈ। LED ਲਾਈਟ ਲੱਗੀ। ਇਹਦੀ ਮੜੀ ਪ੍ਰਾਈਸ ਰੇਂਜ ਕਿੱਥੇ ਗਏ ਇਹ ਭਾਜੀ? ਸਟਾਰਟਿੰਗ ਸਾਡੀ ਹੁੰਦੀ ਹੈ ਜੀ 225 ਤੋਂ। ਸਾਈਜ਼ ਡਿਪੈਂਡ ਓਨ ਦਾ ਸਾਈਜ਼। ਹਾਂਜੀ, ਉਹ ਮੈਟਰ ਕਰਦਾ ਹੈ। ਸਾਈਜ਼ ਵੱਡਾ ਤੇ ਉਹ 325 ਦਾ, ਤੇ ਥੋੜਾ ਛੋਟਾ ਸਾਈਜ਼ ਲਈ ਆਪਾਂ 225 ਦਾ। ਪਰ ਆ ਜੀ ਕਾਫੀ ਯੂਨੀਕ ਹੈ ਕਿ ਹਾਂ ਤੁਸੀਂ ਪਲੇ ਕਰ ਸਕਦੇ ਹੋ, ਲਾਈਟ ਚੇਂਜ ਕਰ ਸਕਦੇ ਹੋ, ਇੱਕ ਤਰ੍ਹਾਂ ਜਿਵੇਂ CD ਪਲੇਅਰ ਹੀ ਸਮਝੋ ਨਾ। ਹਾਂਜੀ ਹਾਂਜੀ, ਕਾਫੀ ਵਧੀਆ, ਕਾਫੀ ਵਧੀਆ। ਤੇ ਹੁਣ ਇੱਕ ਡਾਇਨਿੰਗ ਟੇਬਲ ਰਹਿ ਗਿਆ ਆਪਣੇ ਕੋਲ, ਉਹ ਇੱਧਰ। ਇਹ ਵੀ ਲੁੱਕ ਵਾਈਜ਼ ਕਾਫੀ ਰੋਇਲ। ਤੇ ਵੀਰੇ ਇਹਦਾ ਕੀ ਪ੍ਰਾਈਸ? ਇਹ ਭਾਅ ਜੀ 3250 ਦੀ ਰੇਂਜ 'ਚ ਹੈ। ਠੀਕ ਹੈ। ਇਹਦੀ ਚੇਅਰਸ, ਉਹਦੇ ਗੇਅਰ, ਇਹਦੀ ਡਿਫਰੈਂਟ ਡਿਜ਼ਾਇਨਿੰਗ ਸਾਰੀ। ਅਤੇ ਡਾਇਨਿੰਗ ਟੇਬਲ ਇਹਦਾ ਜੋ ਸਾਰਾ ਹਾਰਡਵੁੱਡ ਹੈ, ਜੋ ਟੋਟਲੀ ਸਾਗਵਾਨ ਦਾ, ਸਾਗਵਾਨ ਮਾਰਬਲ ਟੋਪ ਜਿਹੜਾ, ਇਹ ਉਹ ਹੈ ਕੰਪੋਜ਼ਿਟ ਦਾ। ਠੀਕ ਹੈ ਜੀ। ਇਹ ਸਾਰਾ ਤੁਹਾਨੂੰ ਸਾਰਾ 6 ਸੀਟਰ ਤੁਹਾਨੂੰ ਮਿਲੂਗਾ 3250 ਦੀ ਰੇਂਜ, 3250 ਥੋੜ੍ਹਾ ਬਹੁਤ ਆਪਾਂ ਕਰ ਸਕਦੇ ਹਾਂ ਨਾ, ਥੋੜ੍ਹਾ ਬਹੁਤ। ਠੀਕ ਹੈ ਵੀ, ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ। ਹਾਂ, ਨਹੀਂ ਕੁਆਲਿਟੀ ਚਾਹੀਦੀ, ਕਿਉਂਕਿ ਕਸਟਮਰ ਨੂੰ ਵੀ ਕੁਆਲਿਟੀ ਦਾ ਹੁੰਦਾ ਕਿ ਜੇ ਹੁਣ ਤੁਸੀਂ 100 ਘਟਾ ਵੀ ਦਿਓਗੇ, ਜੇ ਮਾੜੀ ਚੀਜ਼ ਦੇ ਦਿੱਤੀ ਉਹਦਾ ਕੋਈ ਫਾਇਦਾ ਨਹੀਂ, ਪਰ 3200 ਦੇਣਾ ਸੌਖਾ, ਕੁਆਲਿਟੀ ਵਧੀਆ ਹੋਵੇ। ਉੱਧਰ ਵੇਖੋ ਵੀਰੇ, ਇਹਦਾ ਦੱਸੋ ਜੀ ਪ੍ਰਾਈਸ। ਇਹ ਕਿਹੜੀ ਮਤਲਬ ਮਟੀਰੀਅਲ ਕੀ ਹੈ ਇਹ? ਇਹ ਭਾਜੀ ਸਾਰਾ ਫੈਬਰਿਕ ਹੈ ਜੀ, ਫੈਬਰਿਕ ਹੈ। ਠੀਕ ਹੈ। ਫੈਬਰਿਕ ਦੇ ਵਿੱਚ ਇਹ ਕਿੰਨੇ ਸੀਟਰ ਹੈ? ਕਾਫੀ। ਇਹ ਵੀ 9 ਸੀਟਰ ਹੈ ਭਾਜੀ। ਅੱਛਾ ਜੀ। ਤੇ ਇਹ ਵਿਦ ਇਨਕਲੂਡਿੰਗ ਸੈਨੇ ਟੇਬਲ ਤੁਹਾਨੂੰ ਅਸੀਂ ਦੇ ਰਹੇ ਹਾਂ 3000 ਦੇ ਵਿੱਚ। 3000 ਚ ਇਨਕਲੂਡਿੰਗ ਕਾਫੀ ਟੇਬਲ। ਕਾਫੀ ਟੇਬਲ। ਠੀਕ ਹੈ ਜੀ। ਪਹਿਲਾਂ ਤੁਸੀਂ ਵਾਈਪ ਕਰ ਸਕਦੇ ਨਾ? ਹਾਂਜੀ, ਇਹ ਲੈਦਰ ਹੈ ਭਾਜੀ। ਹਾਂਜੀ, ਵਾਈਪ ਕਰ ਸਕਦੇ ਵੀ ਲੈਦਰ ਚਾਹੀਦਾ ਇਹਨਾਂ ਸੇਮ ਐਸੇ ਕੁਸ਼ਨਸ ਔਰ ਪਿਲੋਸ ਤੁਹਾਨੂੰ ਪਿਲੋਸ ਵੀ ਸਾਰਾ ਕੁਝ ਇਨਕਲੂਡ ਹੈ। ਠੀਕ ਹੈ। ਇੱਕ ਇਹ ਥੋੜ੍ਹੇ ਭਾਜੀ ਫੈਂਸੀ ਚ ਆ ਜਾਂਦੀ ਹੈ। ਬਦਲ ਇਹਦਾ ਦੱਸੋ ਜੀ, ਇਹਦਾ ਇਹ ਕਿੰਨੇ ਸੀਟਰ ਆਪਣਾ? ਅਤੇ ਅਗੇਨ ਭਾਜੀ ਇਹ ਵੀ 9 ਸੀਟਰ ਹੈ, ਇਹਨਾਂ ਡਿਵਾਈਡਰ ਹੈ ਜੀ 2 ਆਪਣਾ। ਅੱਛਾ। ਅਤੇ 3322 ਵਿਦ ਸੈਨੇ ਟੇਬਲ। ਇਹ ਸੈਨੇ ਟੇਬਲ ਦਾ ਇਨਕਲੂਡ ਨਹੀਂ ਹੈਗਾ। ਅੱਛਾ ਜੀ। ਬਟ ਇਹ 9 ਸੀਟਰ ਹੈ, ਇਹ 4900 ਚ ਹੈ, 990 ਸੋਰੀ, ਇਨ ਪਲੱਸ ਇਹਦਾ ਸੈਨੇ ਟੇਬਲ, ਇਹਦਾ ਐਕਸਟਰਾ ਐਕਸਟਰਾ। ਠੀਕ ਹੈ। ਮਤਲਬ 4990 ਸਿਰਫ ਆਪਣਾ ਸੋਫਾ ਇਨਕਲੂਡਿੰਗ ਗੱਦੀਆਂ। ਫਿਰ ਤੋਂ ਜੀ ਮੇਰੀ ਪਸੰਦ ਆ ਗਿਆ ਜਿਹੜਾ ਡਾਇਨਿੰਗ ਟੇਬਲ ਦੇ ਨਾਲ ਮੈਚ ਕਰਦਾ। ਅਤੇ ਇਹਦਾ ਪ੍ਰਾਈਸ ਤੁਸੀਂ ਦੱਸੋ, ਇਹ ਕਿੰਨੇ ਸੀਟਰਾਂ ਦੇ ਕੀ ਪ੍ਰਾਈਸ? ਬਾਈ 7 ਸੀਟਰ ਹੈ ਇਹ ਆਪਣਾ, ਤੁਹਾਨੂੰ ਪੈਣਾ ਜੀ 3990 ਦਾ। 3990 ਵਿਦਆਊਟ ਟੇਬਲ ਦਾ ਪ੍ਰਾਈਸ ਤਾਂ ਸੇਮ ਹੋਈ ਨਾ ਟੇਬਲ ਭਾਜੀ? ਹਾਂਜੀ, 4-500 ਦੀ ਰੇਂਜ ਤੁਹਾਨੂੰ ਮਿਲ ਜਾਊਗਾ। ਠੀਕ ਹੈ, 4500 ਚ ਆਪਾਂ ਕਹਿ ਸਕਦੇ ਹਾਂ, 4500 ਚ ਤੁਸੀਂ ਸਣੇ ਕਾਫੀ ਟੇਬਲ ਦੇ ਦੋਗੇ ਤੇ ਥੋੜੀ ਬਹੁਤ ਕਰ ਸਕਦੇ ਹੋ ਉੱਤੇ ਥੱਲੇ। ਹਾਂ ਭਾਜੀ, ਥੋੜੀ ਬਹੁਤ। ਹਾਂਜੀ, ਉਹ ਡਿਪੈਂਡ ਕਰਦਾ ਆਪਣਾ। ਹਾਂਜੀ, ਉਹ ਹਾਂਜੀ ਸਰ, ਠੀਕ ਹੈ, ਉਹ ਸ਼ੋਪ ਤੇ ਆ ਕੇ ਤੁਹਾਨੂੰ ਪ੍ਰਾਈਸ, ਹਾਂਜੀ ਸ਼ੋਪ ਤੇ ਆਉਣਾ ਪਊਗਾ ਤੁਹਾਨੂੰ ਜੇ ਤੁਸੀਂ ਬੈਸਟ ਪ੍ਰਾਈਸ ਲੈਣਾ। ਤਾਂ ਇਹ ਜਿਹੜੇ ਡਿਸਪਲੇ ਤੇ ਨੇ, ਇਹ
ਇਹ ਭਾਜੀ ਆਪਾਂ ਨੂੰ 4200 ਦੀ ਰੇਂਜ ਅਵੇਲੇਬਲ ਹੈ ਜੀ ਇਸ ਟਾਈਮ ਠੀਕ ਹੈ ਇਨਕਲੂਡਿੰਗ ਟੇਬਲ ਦਾ 400 ਐਕਸਟਰਾ 400 ਠੀਕ ਹੈ ਚਲੋ ਆਪਾਂ ਨੂੰ ਰਫ ਆਈਡੀਆ ਹੋ ਗਿਆ ਜੀ ਕਾਫੀ ਟੇਬਲ ਆਪਾਂ ਜੇ ਲੈਣਾ ਤਾਂ 4 to 500 ਹੈ ਨਾ ਜੇ ਤੁਸੀਂ ਪੈਕੇਜ ਲੈ ਰਹੇ ਹੋ ਤਾਂ ਤੁਹਾਨੂੰ ਉਨੇ ਚ ਵਧੀਆ ਕਾਫੀ ਟੇਬਲ ਮਿਲ ਜਾਂਦਾ ਤੇ ਕਈਆਂ ਦੇ ਵਿੱਚ ਇਨਕਲੂਡ ਵੀ ਆਪਾਂ ਕਈਆਂ ਦੇ ਵਿੱਚ ਇਨਕਲੂਡ ਹੈ ਜੀ ਹਾਂਜੀ ਠੀਕ ਹੈ ਉਹ ਵਾਸਤੇ ਤੁਹਾਨੂੰ ਸ਼ਾਪ ਤੇ ਆਉਣਾ ਪੈਣਾ ਇਹ ਮਾਰਬਲ ਟੋਪ ਹੈ ਜੀ ਇਹ ਵੀ ਸਾਰਾ ਸੰਡੇਬਲ ਪੂਰੀ ਹੈਂਡ ਕਾਰਵਿੰਗ ਤੇ ਵੀ ਇਸੇ ਤਰੀਕੇ ਨਾਲ ਵਧੀਆ ਪਾਲਿਸ਼ ਕੀਤੀ ਹੋਈ ਔਰ ਗਰੰਟੀਡ ਹੈ 5 ਸਾਲ ਦੀ ਗਰੰਟੀ ਹੈ 5 ਸਾਲ ਦੀ ਗਰੰਟੀ ਹੈ ਠੀਕ ਹੈ ਅੱਛਾ ਇਹ ਐਲ ਸ਼ੇਪ ਅਸੀਂ ਜਿੱਧਰ ਮਰਜ਼ੀ ਪਾਸੇ ਕਰਵਾ ਸਕਦੇ ਹਾਂ ਅੱਛਾ ਇਹ ਚਾਹੋ ਤੁਸੀਂ ਜਿਵੇਂ ਆਪਣੇ ਰੂਮ ਦੇ ਹਿਸਾਬ ਦੇ ਸੈਟਿੰਗ ਦੇ ਹਿਸਾਬ ਨਾਲ ਇਹ ਮੰਨ ਲਓ ਕਿ ਤੁਸੀਂ ਇਹਨੂੰ ਚੇਂਜ ਕਰਾਉਣਾ ਵਾ ਜਾਂ ਇਹਨੂੰ ਇਸ ਤਰੀਕੇ ਨਾਲ ਇੱਧਰ ਕਰਾਉਣਾ ਇਹਨੂੰ ਇਸ ਆਪਾਂ ਇੱਧਰ ਕਰਾਉਣਾ ਤੇ ਆਪਾਂ ਉਹ ਵੀ ਇਸ ਚੀਜ਼ ਨੂੰ ਕਸਟਮਾਈਜ਼ ਕਰਾ ਸਕਦੇ ਹਾਂ ਠੀਕ ਤੇ ਇੱਕ ਵੀਰੇ ਮੈਨੂੰ ਉਹ ਦੱਸੋ ਡਿਲੀਵਰੀ ਦਾ ਕੀ ਹੁੰਦਾ ਆਪਣਾ ਮਤਲਬ ਕਿ ਤੁਸੀਂ ਜੇ ਆਪਾਂ ਹੁਣ ਮੇਰੇ ਕੋਲ ਕਹੋਗੇ ਨਾ ਜੂਟ ਨਾ ਕੁਝ ਹੋਰ ਤਾਂ ਡਿਲੀਵਰ ਵੀ ਕਰ ਦਿੰਦੇ ਹੋ ਤੁਸੀਂ ਐਕਸਟਰਾ ਪੈਸੇ ਲੈਣਗੇ ਹਾਂਜੀ ਸਾਡੇ ਕੋਲ ਪ੍ਰੋਫੈਸ਼ਨਲ ਡਿਲੀਵਰ ਡਿਲੀਵਰੀ ਵਾਲੇ ਜਿਹੜੇ ਵਰਕਰਸ ਨੇ ਤਾਂ ਮਤਲਬ ਜੇ ਕੋਈ ਨਹੀਂ ਹੈਗਾ ਕੁਝ ਤਾਂ ਤੁਸੀਂ ਬਿਲਕੁਲ ਹੈਲਪ ਕਰ ਦਿੰਦੇ ਹੋ ਕਿ ਹਾਂ ਥੋੜਾ ਐਕਸਟਰਾ ਦੇ ਕੇ ਤੁਸੀਂ ਡਿਲੀਵਰ ਵੀ ਕਰਾਉਣ ਤੇ ਅਸੈਂਬਲ 'ਚ ਵੀ ਹੈਲਪ ਹਾਂਜੀ 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 ਬਿਲਕੁਲ ਅਸੈਂਬਲ 'ਚ ਵੀ ਹੈਲਪ ਕਰਾਈ ਦੀ ਹੈ ਉਹ ਸਾਡੇ ਜਿਹੜੇ ਡਿਲੀਵਰੀ ਪਰਸਨਸ ਨੇ ਉਹ ਜਿੱਥੇ ਵੀ ਤੁਸੀਂ ਕਹੋਗੇ ਗਰਾਜ 'ਚ ਜਾਂ ਤੁਸੀਂ ਆਪਣੇ ਰੂਮ ਦੇ ਵਿੱਚ ਕਿੱਥੇ ਵੀ ਤੁਹਾਡੀ ਜੇ ਐਕਸੈਸ ਹੋਊਗੀ ਤੁਹਾਡੇ ਘਰ ਦੇ ਅੰਦਰ ਜਾਣ ਵਾਸਤੇ ਠੀਕ ਤੁਹਾਨੂੰ ਉੱਥੇ ਹੀ ਡਿਲੀਵਰ ਕਰਕੇ ਆਉਣਗੇ ਠੀਕ ਹੈ ਅੰਦਰ ਤੱਕ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਹੋਗੇ ਯਾਰ ਬਾਹਰ ਰੱਖ ਕੇ ਆ ਗਏ ਹੁਣ ਕਹਿੰਦੇ ਨੇ ਕਿ ਸਾਹਿਬ ਸਾਡੀ ਗਰਾਜ ਤੱਕ ਕਈ ਅਸੀਂ ਦੁਕਾਨ ਨਹੀਂ ਜਾ ਸਕਦੇ ਜਿੱਥੇ ਧਰ ਕੇ ਜਾਵਾਂਗੇ ਨਹੀਂ ਠੀਕ ਇਸ ਤਰ੍ਹਾਂ ਦੀ ਗੱਲ ਨਹੀਂ ਉਹ ਜਿੱਥੇ ਤੁਸੀਂ ਕਹੋਗੇ ਉੱਥੇ ਤੱਕ ਡਿਲੀਵਰ ਕਰਕੇ ਉਹਨੂੰ ਉੱਥੇ ਤੱਕ ਰੱਖ ਕੇ ਆਉਣਗੇ ਠੀਕ ਤੇ ਵੀਰੇ ਜੇ ਹੁਣ ਜਿਵੇਂ ਤੁਸੀਂ ਮੈਂ ਤੁਹਾਡੇ ਤੋਂ ਡਿਲੀਵਰ ਕਰਾ ਰਿਹਾ ਬਾਈ ਚਾਂਸ ਇਹਦੇ ਕੋਈ ਨੁਕਸਾਨ ਹੋ ਜਾਂਦਾ ਕੁਛ ਜਿਵੇਂ ਮਾਰਬਲ 'ਤੇ ਕਰੈਕ ਆ ਗਿਆ ਜਾਂ ਕੁਛ ਆ ਗਿਆ ਤਾਂ ਮਤਲਬ ਇਹ ਤੁਸੀਂ ਮਤਲਬ ਹਾਂਜੀ ਭਾਅ ਜੀ ਹਾਂਜੀ ਬਿਲਕੁਲ ਜਿਹੜਾ ਸਾਡੇ ਡਿਲੀਵਰੀ ਵਾਲੇ ਜਿਹੜੇ ਅਸੀਂ ਰੱਖੇ ਨੇ ਡਿਲੀਵਰੀ ਡਰਾਈਵਰਸ ਆ ਜਿਹੜੇ ਉਹਨਾਂ ਕੋਲ ਇਨਸ਼ੋਰਟ ਨੇ ਉਹ ਜਿਹਨਾਂ ਉਹਦੇ ਕੋਈ ਵਾਈਲ ਰਾਹ ਦੇ ਵਿੱਚ ਜਾਂਦੇ ਜਾਂਦੇ ਟਰਾਂਸਪੋਰਟੇਸ਼ਨ ਦੇ ਵਿੱਚ ਕੁਛ ਹੋ ਜਾਏ ਪ੍ਰੋਬਲਮ ਹੋ ਜਾਏ ਤੇ ਉਹ ਅਸੀਂ ਜ਼ਿੰਮੇਵਾਰ ਕਵਰ ਕਰ ਸਕੀਏ ਕਵਰ ਕਰ ਠੀਕ ਹੈ ਠੀਕ ਹੈ ਨਹੀਂ ਬਹੁਤ ਵਧੀਆ ਬਹੁਤ ਵਧੀਆ ਤੇ ਤੁਹਾਨੂੰ ਜੀ ਇੱਥੇ ਮੰਜੇ ਵੀ ਮਿਲ ਜਾਂਦੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਮੇਰੇ ਬੈਕ ਸਾਈਡ ਤੇ ਇਹ ਫੋਲਡਿੰਗ ਵਾਲਾ ਤੇ ਜੇ ਤੁਸੀਂ ਬਾਣ ਦੇ ਮੰਜੇ ਲੈਣੇ ਨੇ ਤਾਂ ਤੁਹਾਨੂੰ ਬਾਣ ਦੇ ਮੰਜੇ ਵੀ ਮਿਲ ਜਾਣਗੇ ਪਰ ਇਸ ਟਾਈਮ ਤੇ ਉਹ ਆਊਟ ਆਫ ਸਟਾਕ ਨੇ ਪਰ ਜਨਵਰੀ 'ਚ ਕਹਿੰਦੇ ਨਿਊ ਅਰਾਈਵਲ ਆ ਰਿਹਾ ਉਹਦੇ 'ਚ ਮੰਜੇ ਵੀ ਆਏ ਨੇ ਆਪਣੇ ਬਾਣ ਦੇ ਉਮੀਦ ਕਰਾਂ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਕਿਉਂਕਿ ਆਪਾਂ ਇਹੋ ਜਿਹੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜਿੰਨਾ 'ਚ ਤੁਹਾਨੂੰ ਸ਼ੌਪ ਬਾਰੇ ਆਪਾਂ ਦੱਸਾਂਗੇ ਰਿਵਿਊ ਕਰਾਂਗੇ ਗੱਡੀਆਂ ਦਾ ਕਰਾਂਗੇ ਤੁਹਾਨੂੰ ਘੁੰਮਣ ਫਿਰਨ ਵਾਲੀਆਂ ਵੀਡੀਓ ਵੀ ਦੇਖਣ ਨੂੰ ਮਿਲ ਜਾਣਗੇ ਇਸ ਚੈਨਲ 'ਤੇ ਕਿਉਂਕਿ ਆਪਾਂ ਜਿੱਥੋਂ ਜਾਂਦੇ ਹਾਂ ਤਾਂ ਆਪਾਂ ਉੱਥੇ ਦਿਖਾਉਂਦੇ ਆ ਕਿ ਤੁਸੀਂ ਕਿਹੜੇ ਹੋਟਲ 'ਚ ਰਹਿ ਸਕਦੇ ਹੋ ਕਿੰਨਾ ਕੁ ਖਰਚਾ ਵਾ ਕਿੰਨੀ ਕੁ ਟਿਕਟ ਆ ਇਸ ਕਰਕੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਅਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ